ਸਹੀ ਹੈ ਬਿਸਮਿਲ੍ਲਾਹ ਜਾਲੀ ਮਦਦ ਜੀ ਕੀ ਹਾਲ ਚਾਲ ਹੈ ਠੀਕ ਹੋ ਜਾ ਖੁਦਾ ਏ ਬਖ ਮਾਲਕੀ ਬਹੁਤ ਬੜੀ ਅਤਾ ਹੈ ਸੁਰਤ ਜਨਾ ਤੁਸੀਂ ਪਿਓ ਨੂੰ ਸਟਾਰ ਨਾ ਬਣਨ ਦਿਓ ਨਹੀਂ ਸਹੀ ਅੱਲਾਹ ਦੀ ਕਿਸਮ ਮੇਰੀ ਗੱਲ ਸੁਣ ਇਹ ਫੈਮਿਲੀ ਏ ਦੇਖੋ ਯਾਰ ਫੈਸਲਾ ਤੁਸੀਂ ਆਪ ਲੋਕਾਂ ਨੇ ਪਹਿਲੀ ਨਜ਼ਰ ਲਗਾ ਦੀ ਅੱਲਾਹ ਮਾਫ ਕਰੇ ਇਹ ਮੌਲਵੀ ਕੇ ਗੋਲ ਗੱਪੇ ਸ਼ਾਲਾ ਮਾਰ ਕਬਾ ਹੋ ਆਪ ਹੋ ਗਏ ਨਾ 25 ਸਾਲ ਅਸਲਾਮ ਅਲੈਕੁਮ ਵੈਲਕਮ ਮਾਈ ਯੂਟਿਊਬ ਚੈਨਲ ਥੈਂਕ ਯੂ ਯਾਰ ਤੁਸੀਂ ਜਿਹੜਾ ਪਿਆਰ ਦਿੱਤਾ ਨਾ ਜਿੰਨਾ ਤੁਸੀਂ ਪਿਆਰ ਦਿੱਤਾ ਹੈ ਮੈਨੂੰ ਯਕੀਨ ਨਹੀਂ ਹੋ ਰਿਹਾ ਇਤਨਾ ਪਿਆਰ ਮੌਲਾ ਸਲਾਮਤ ਰੱਖਣ ਚਲੋ ਅੱਜ ਵਲੌਗ ਬਣਾਉਂਦੇ ਹਾਂ ਅੱਜ ਨਾਲਾ ਫਰੈਸ਼ ਹੋਲਵਾਂ ਅਤੇ ਕਮਜਲਿਸ 'ਤੇ ਜਾਣਾ ਹੈ ਅਤੇ ਕਿੱਧਰ ਜਾਣਾ ਹੈ ਕੌਣ ਕੌਣ ਪੜ੍ਹ ਰਿਹਾ ਹੈ ਜ਼ਾਕਿਰ ਮੁਨਸਰ ਮਹਿੰਦੀ ਵੀ ਪੜ੍ਹ ਰਿਹਾ ਅਤੇ ਭਰਾ ਨੂੰ ਤੁਹਾਨੂੰ ਪਤਾ ਸਾਡੇ ਹੋ ਅਤੇ ਇਨਸ਼ਾਅੱਲਾ ਅੱਜ ਤੁਹਾਨੂੰ ਆਪਣਾ ਵਲੌਗ ਵਿਖਾਵਾਂਗੇ ਅਲਹਮਦੁਲਿਲਾ ਸ਼ਾਵਰ ਲੈ ਲਿਆ ਮਜਲਿਸ ਕੀ ਤਿਆਰੀ ਸ਼ੁਰੂ ਹੈ ਅੱਛਾ ਮੈਂ ਇੱਕ ਬਾਤ ਬਤਾਉਣਾ ਚਾਹਤਾ ਹੂੰ ਕਿ ਜਬ ਵੀ ਆਪ ਮਜਲਿਸ ਅਜ਼ਾਬ ਮੇਂ ਜਾਏ ਇਮਾਮ ਹੁਸੈਨ ਅਲੈਹਿਸਸਲਾਮ ਕੀ ਮਜਲਿਸ ਮੇਂ ਜਾਏ ਨਹਾ ਧੋ ਕੇ ਸਾਫ਼ ਸੁਥਰੇ ਹੋ ਕੇ ਜਾਏ ਇਸ ਯਕੀਨ ਕੇ ਸਾਥ ਕਿ ਵਹਾਂ ਪਰ ਇਮਾਮ ਆਏ ਹੋਤੇ ਹੈ ਔਰ ਯੇ ਆਪਕੋ ਲਗਤਾ ਹੈ ਕਿ ਯਾਰ ਮੈਂ ਬਸ ਕੱਲ੍ਹ ਨਾ ਆਇਆ ਥਾ ਪਾਕ ਸਾਹਿਬ ਉਹ ਵੀ ਨਮਾਜ਼ ਪੜ੍ਹੀ ਹੈ ਪਤਾ ਨਹੀਂ ਚਲਤਾ ਕਿਸੀ ਵਕਤ ਬਿਸਤਰ ਖਰਾਬ ਹੋਤਾ ਹੈ ਕੱਪੜੇ ਖਰਾਬ ਹੋਤੇ ਹੈ ਛੀਟੇ ਪੜ ਜਾਤੇ ਹੈ ਬਾਹਰ ਗੰਦਗੀ ਹੋਤੀ ਹੈ ਤੋ ਜਿਤਨਾ ਪਾਕ ਸਾਫ਼ ਹੋ ਕਰ ਜਾਏਂਗੇ ਉਤਨੀ ਉਤਨੀ ਇਬਾਦਤ ਮਿਲੇਗੀ ਉਤਨੀ ਇਬਾਦਤ ਕਾ ਮਜ਼ਾ ਆਏਗਾ ਜਿਤਨਾ ਪਾਕ ਸਾਫ਼ ਹੋ ਕਰ ਜਾਏਂਗੇ ਅੱਛਾ ਮੈਂ ਤੁਹਾਨੂੰ ਨਾ ਅੱਜ ਇੱਕ ਤਮਾਸ਼ਾ ਵਹਾਨਾ ਲੇਕਿਨ ਫਲੈਸ਼ ਲਾਈਟ ਵਾਲਾ ਨਾ ਮੈਨੂੰ ਨਹੀਂ ਪਤਾ ਕਿ ਰਿਐਕਟ ਕਰੇਗਾ ਕਿ ਨਹੀਂ ਕਰੇਗਾ ਲੇਕਿਨ ਮੇਰੇ ਮੁੰਡੇ ਨੂੰ ਅਗਰ ਦੁੱਧ ਨਾ ਲੱਭੇ ਤਾਂ ਤੜਫਦਾ ਜੀ ਇਹ ਵੇਖਣਾ ਹੁਣ ਇੱਕ ਤਾਂ ਖਿਲਾਰੇ ਬੜੇ ਪਏ ਬੰਦਾ ਕੀ ਵਲੋਗਿੰਗ ਕਰੇ ਹਾਂ ਯਾਰ ਤੁਹਾਨੂੰ ਕੀ ਏ ਤੁਸੀਂ ਪਿਓ ਨੂੰ ਸਟਾਰ ਨਾ ਬਣਨ ਦਿਓ ਐ ਲੈ ਫਲੈਸ਼ ਲਾਈਟ ਬਲਦੀ ਜਾਏਗੀ ਨਾਲ ਹੀ ਆਪਣੀਆਂ ਸਾਰੀਆਂ ਐਕਟੀਵਿਟੀਆਂ ਖਰਾਬ ਖਤਮ ਕਰ ਦੇਣਗੇ ਯਾਰ ਮਾਸ਼ਾਅੱਲਾ ਮੇਰਾ ਬੇਟਾ ਬਹੁਤ ਐਕਟਿਵ ਹੈ ਅੱਲਾ ਮੌਲਾ ਪੰਜਰ ਪਾਕ ਪਹਿਲੇ ਤੋਂ ਜਿਨ ਬਹਿਨੋ ਬੇਟੀਓ ਕੀ ਔਲਾਦ ਨਹੀਂ ਹੈ ਅੱਲਾ ਉਹਨੇ ਔਲਾਦ ਨਰੀਨਾ ਤਾ ਫਰਮਾਏ ਸਭ ਕਹੋ ਆਮੀਨ ਔਰ ਮਾਸ਼ਾਅੱਲਾ ਮੇਰੀ ਇੱਕ ਬੇਟੀ ਹੈ ਇੱਕ ਬੇਟਾ ਹੈ ਦੁਆ ਕੀਜੀਏਗਾ ਜ਼ਰੂਰ ਕਿਉਂਕਿ ਸਭ ਕੀ ਦੁਆਏ ਬਹੁਤ ਜ਼ਰੂਰੀ ਹੈ ਅਤੇ ਚਲੋ ਪੁੱਤਰ ਜੀ ਅੱਬਾ ਤੁਹਾਡਾ ਚਲਾ ਮਜਲਿਸ 'ਤੇ ਅਤੇ ਫਿਰ ਮੁਲਾਕਾਤ ਹੋਏਗੀ ਠੀਕ ਹੈ ਬਾਏ 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 ਚੱਲ ਚੱਲ ਲੈ ਲੈ ਓਕੇ ਗਾਈਸ ਪਰਫਿਊਮ ਲਾ ਲਈਏ ਜੀ ਜ਼ਰਾ ਫਿਰ ਹੈਂ ਹਾਂ ਸਾਹਰ ਲੋਧੀ ਯਾਦ ਆ ਰਿਹਾ ਮੈਨੂੰ ਓਕੇ ਫਿਰ ਰੈਡੀ ਹੋ ਗਏ ਅਲਹਮਦੁਲਿਲਾ ਤੋ ਅਬ ਗੜੀ ਸ਼ੜੀਆਂ ਪਹਿਨ ਲੂੰ ਅੰਗੂਠੀਆਂ ਪਹਿਨ ਲੂੰ ਪਰਫਿਊਮ ਲਗਾ ਲਈਏ ਅੱਛਾ ਯਾਰ ਜ਼ਿਆਦਾਤਰ ਲੋਕ ਪੁੱਛ ਰਹੇ ਜੀ ਨਾਕ ਪੇ ਕਿਆ ਹੋਗਾ ਕਿਸੇ ਨੇ ਮਾਰਾ ਸ਼ਾਰਾ ਹੈ ਇਤਨੀ ਜ਼ਰੂਰਤ ਨਹੀਂ ਹੈ ਕੋਲੀ ਕਿ ਮਲੰਗ ਕੋ ਮਾਰ ਜਾਏ ਭਾਈ ਜਾਨ ਯੇ ਆਪਕੋ ਪਤਾ ਨਾ ਪਿਛਲੇ 10 ਮੁਹਰਮ 12 ਮੁਹਰਮ ਤੱਕ ਮਜਾਲਸ ਸੁਣੀ ਹੈ ਤੋ ਮੌਲਾ ਕੇ ਮਸਾਹਿਬ ਸੁਣੇ ਹੈ ਤੋ ਅਗਰ ਆਪਕੋ ਨਜ਼ਲਾ ਹੋ ਨਾ ਨਜ਼ਲਾ ਆਪਕੋ ਪਤਾ ਹੋ ਆਪ ਉਸਕੋ ਪੂੰਝਦੇ ਰਹੋ ਪੂੰਝਦੇ ਰਹੋ ਪੂੰਝਦੇ ਰਹੋ ਪੂੰਝਦੇ ਰਹੋ ਮੇਰੀ ਉਰਦੂ ਬੜੀ ਕਮਜ਼ੋਰ ਹੈ ਅਤੇ ਉਹ ਨਾ ਛਿਲਿਆ ਜਾਂਦਾ ਇਹ ਮਾਸ ਛਿਲਿਆ ਗਿਆ ਸੀ ਅਤੇ ਐਡੀ ਜ਼ਰੂਰਤ ਨਹੀਂ ਹੈ ਕਿਸੇ ਦੀ ਮਾਰ ਜਾਵੇ ਤੁਹਾਡੇ ਭਰਾ ਨੂੰ ਅਤੇ ਸ਼ਾਹ ਸਾਹਿਬ ਮਾਸ਼ਾਅੱਲਾ ਅਜੇ ਤੱਕ ਨਹੀਂ ਆਏ ਤੁਹਾਡੇ ਸਾਹਮਣੇ ਕਮ ਸੇ ਕਮ ਮੈਨੂੰ 13 ਮਿੰਟ ਹੋ ਗਏ ਨੇ ਸ਼ਾਹ ਸਾਹਿਬ ਦਾ ਵੇਟ ਕਰਦੇ ਅਤੇ ਸ਼ਾਹ ਹੋਰੀ ਅਜੇ ਤੱਕ ਨਹੀਂ ਪਹੁੰਚੇ ਅਤੇ ਜਦੋਂ ਉਹਨਾਂ ਨੇ ਫੋਨ ਕਰਨਾ ਹੈ ਅੱਗੇ ਵੀ ਫੋਨ ਕੀਤਾ ਹੈ ਮੈਂ ਇੱਥੇ ਪਹੁੰਚ ਗਿਆ ਕਿੱਥੇ ਹੈਲੋ ਵੇਖੋ ਮਾਸ਼ਾਅੱਲਾ ਹੈਲੋ ਹੈਲੋ ਹੈਲੋ
ਭਾਈ ਜਾਨ ਕਿੱਥੇ ਖਲੋਤੇ ਹੋ? ਮੈਂ ਇੱਥੇ ਹੀ ਆ। ਇਹ ਦੇਖ ਨਾਲ ਹੀ ਆ ਗਿਆ, ਅੱਲਾ ਮਾਫ ਕਰੇ। ਵੈਸੇ ਅੱਜ ਤੂੰ ਫੜ ਲਿਆ, ਅੱਜ ਤੈਨੂੰ ਫੜਿਆ ਗਿਆ, ਅੱਜ ਫੜਿਆ ਗਿਆ ਸੱਯਦ। ਗੱਡੀਆਂ ਲੋਕ ਕਰ, ਗੱਡੀਆਂ ਲੋਕ, ਗੱਡੀਆਂ ਲੋਕ, ਅੱਜ ਫੜਿਆ ਗਿਆ ਏ, ਅੱਜ ਫੜਿਆ ਗਿਆ ਸਤਾਰ ਜੀ। ਰੋਜ਼ ਮੈਨੂੰ ਇਹ ਚੂਨਾ ਲਾਉਂਦਾ ਏ, ਮੈਂ ਆ ਗਿਆ ਵਾ ਤੇ ਮੈਂ ਇੰਜਾਂ ਤੇ ਮੈਂ ਉਂਜਾਂ। ਓਏ ਹਾਏ ਯਾਰ, ਮੈਨੂੰ ਰਿਐਕਸ਼ਨ ਮਾਰਨੇ ਨਹੀਂ ਆਉਂਦੇ ਹੈਗੇ। ਅੱਛਾ, ਇਹ ਦਿਨ ਵੀ ਨਹੀਂ ਐਕਸ਼ਨ ਮਾਰਨ ਵਾਲੇ। ਅਸਲਾਮ ਵਾਲੇਕੁਮ ਸ਼ਾਹ ਜੀ, ਆਲੀ ਮਦਦ, ਕੀ ਹਾਲ ਚਾਲ? ਠੀਕ ਹੋ? ਤੋ ਮਜਲਿਸ ਕੀ ਤਿਆਰੀ ਕਰਕੇ ਆਏ ਆਪ? ਮਾਸ਼ਾ ਅੱਲਾਹ, ਖੁਸ਼ਬੂ ਲਾ ਕੇ ਆਏ, ਨਹਾ ਕੇ ਆਏ ਹੋ? ਮਾਸ਼ਾ ਅੱਲਾਹ, ਮਾਸ਼ਾ ਅੱਲਾਹ। ਅੱਛਾ ਜੀ, ਸਭ ਪਹਿਲੇ ਮੇਰੇ ਮੌਲਾ ਕੀ ਨਾਮੋ ਕੀ ਜ਼ਿਆਰਤ ਕਰੇ ਆਪ, ਠੀਕ ਹੈ? ਆਪਕੋ ਪਤਾ ਹੈ ਹਮਾਰਾ ਰਿਸ਼ਤਾ ਜੋ ਹੈ ਵੋ ਯਹੀ ਹੈ। ਤੋ ਅਬ ਹਮ ਜਾਏਂਗੇ ਯਹ ਸ਼ਾਲਾਮਾਰ ਕੇ ਪਾਸ, ਇੱਕ ਬਾਰਗਾਹ ਹੈ, ਠੀਕ ਹੈ, ਕਸਰੇ ਅੱਬਾਸ। ਇਹ ਇਮਾਮ ਬਾਰਗਾਹ ਛੋਟੀ ਸੀ ਹੈ, ਕੋਈ ਬਾਰਗਾਹ ਵੀ ਛੋਟੀ ਨਹੀਂ ਹੋਤੀ ਜਦੋਂ ਇਮਾਮ ਆਤੇ ਹੈ। ਲੇਕਿਨ ਮੈਂ ਅੱਜ ਇਹ ਸਾਬਤ ਕਰਨਾ ਚਾਹ ਰਹਾ ਹਾਂ ਉਨ ਲੋਕੋਂ ਕੋ ਜੋ ਲੋਕ ਕਹਤੇ ਹੈ ਕਿ ਅਲੀ ਸ਼ਾਹ ਬਸ ਉਨ ਮਜਲਿਸੋਂ ਪੇ ਜਾਤਾ ਹੈ ਜਿੱਧਰ ਜੀ ਵੱਡੇ ਲੋਕ ਆਏ ਹੋ ਜਾਂ ਬੜੇ ਲੋਕੋਂ ਨੇ ਬੁਲਾਇਆ ਹੋ ਜੀ ਤਲਕ ਬਸ। ਨਹੀਂ, ਜਿੱਧਰ ਵੀ ਮਜਲਿਸ ਹੋ ਮੇਰੇ ਨਜ਼ਦੀਕ, ਮੈਂ ਵਾਂ ਪਹੁੰਚਦਾ ਹਾਂ, ਬਗੈਰ ਦਾਵਤ ਕੇ ਪਹੁੰਚਦਾ ਹਾਂ, ਕਿਉਂਕਿ ਮਜਲਿਸ ਮੇਰੇ ਮੌਲਾ ਕੀ ਹੈ, ਕਿਸੇ ਬੰਦੇ ਕੀ ਨਹੀਂ। ਚਲੋ ਚਲਤੇ ਹੈ, ਪਹੁੰਚ ਕੇ ਫਿਰ ਇਨਸ਼ਾਅੱਲਾ ਬਤਾਤੇ ਹੈ। ਸੱਚ ਮਲਕ ਨੂੰ ਵੀ ਲੈਣਾ ਹਲੇ? ਓ ਪਹੁੰਚ ਗਿਆ ਮਲਕ, ਮਲਕ ਪਹੁੰਚ ਗਿਆ, ਚਲੋ ਠੀਕ ਹੈ। ਨਹੀਂ ਸਹੀ ਹੈ, ਅੱਲਾ ਦੀ ਕਸਮ ਮੇਰੀ ਗੱਲ ਸੁਣ, ਇਹ ਫੈਮਿਲੀ ਏ। ਦੇਖੋ ਯਾਰ, ਫੈਸਲਾ ਤੁਸੀਂ ਕਰਨਾ ਹੈ, ਇੱਕ ਗੱਲ ਏ, ਉਹ ਕਹਿ ਰਿਹਾ ਬੰਦ ਕਰ ਫਿਰ ਦੱਸਣੀ। ਮੌਲਾ ਦੀ ਕਸਮ ਇਹਨਾਂ ਨੇ ਕਿਹਾ ਬੰਦ ਕਰ, ਇਹ ਗੱਲ ਵਲੋਗ ਚ ਨਹੀਂ ਪਾਣੀ, ਤੁਹਾਨੂੰ ਪਤਾ ਮੌਲਾ ਦੀ ਕਸਮ ਝੂਠੀ। ਚਲ ਦੱਸੋ ਹੁਣ, ਪੁੱਛ ਨਹੀਂ ਗਿਆ ਦਾ ਕਰ। ਅੱਛਾ ਦੱਸੋ ਬਾਬਾ ਜੀ, ਫਿਰ ਇੰਜ ਨਾ ਕਰਾਂਗੇ ਯਾਰ ਸਹੀ ਹੈ। ਬੜਾ ਮੁਸ਼ਕਲ ਯਾਨੀ ਕਿ ਮੈਂ ਸਟੀਅਰਿੰਗ ਕੰਟਰੋਲ ਕੀਤਾ ਤੇ ਉਹਨੂੰ ਮੈਂ ਫਿਰ ਉਹਦੇ ਅੱਗੇ ਨਿਕਲ ਗਿਆ, ਫਿਰ ਮੈਂ ਬੈਠ ਗਿਆ। ਅੱਛਾ ਪਿੱਛੇ ਗਏ? ਪਿੱਛੇ ਗਿਆ। ਅੱਛਾ, ਫਿਰ ਮੈਂ ਗੱਡੀ ਉਹਦੇ ਅੱਗੇ ਲਾ ਕੇ ਰੋਕੇ ਕਿ ਜ਼ਰਾ ਮਿਹਰਬਾਨੀ ਇਹਨਾਂ ਦਾ ਸਦਕਾ ਹੈ, ਅਲਹਮਦੁਲਿਲਾ ਅਲਹਮਦੁਲਿਲਾ ਇਹਨਾਂ ਦੇ ਸਦਕੇ ਹਮੇਸ਼ਾ। ਇੱਕ ਵਾਰੀ ਅਸੀਂ ਮਰੀ ਤੋਂ ਬਚੇ ਸੀ, ਨਦੀਮ ਸਰਵਰ ਨੇ ਬਚਾਇਆ ਸੀ ਤੇ ਆਲੇ ਮੁਹੰਮਦ ਨੇ, ਨਦੀਮ ਸਰਵਰ ਦੇ ਨੋਹੇ ਲੱਗੇ ਹੋਏ ਸੀ। ਓਏ ਹੋਏ ਹੋਏ, ਉਹ ਕੀ ਵਾਕਿਆ ਸੀ, ਮੈਂ ਉਹ ਚ ਆਇਆ ਨਹੀਂ ਸੀ, ਇਹਨਾਂ ਨੇ ਮੈਨੂੰ ਦੱਸਿਆ ਸੀ। A few inches later ਮੇਟੇ ਵੀ ਹੋ ਰਿਹਾ, ਇਹ ਵੀ ਵਲੋਗ ਹੀ ਚਾਹੇਗਾ ਯਾਰ, ਇਹਨੂੰ ਬੰਦ ਕਰ ਨਹੀਂ ਆਉਂਦਾ ਨਹੀਂ, ਅੱਖ ਵਿੱਚ ਪਵਾ ਕੇ ਮਿਰਚਾਂ ਬਹਿ ਗਈਆਂ। ਅੱਛਾ ਯਾਰ, ਬਟ ਠੀਕ ਹੈ, ਮੌਲਾ ਦੀ ਕਸਮ ਝੂਠ ਨਹੀਂ ਮਾਰ ਰਿਹਾ, ਆ ਵੇਖ ਜਦਾਂ ਇਹਨੂੰ ਬੰਦ ਕਰਕੇ ਮੈਨੂੰ ਵੇਖ ਲੈ ਯਾਰ, ਕਰ ਲਈ ਐਡਿਟ ਤੇ ਮੈਂ ਹੀ ਕਰਨਾ, ਕੱਟਦਾ ਹਾਂ, ਕੱਟ ਦੇ ਚੱਲ ਠੀਕ ਹੈ। ਬੜਾ ਇਹਨਾਂ ਨੇ ਅੱਲਾ ਦੀ ਕਸਮ ਬੜਾ ਭੈੜਾ ਪਿਆ। ਅਭੀ ਮੈਨੇ ਆਪਕੋ ਦਿਖਾਇਆ ਨਹੀਂ ਥਾ ਕਿ ਮਤਲਬ ਕਿ ਮੇਰੀ ਆਂਖੋਂ ਮੇਂ ਕੁਛ ਗਿਆ ਹੈ, ਆਪ ਲੋਗੋਂ ਨੇ ਪਹਿਲੇ ਨਜ਼ਰ ਲਗਾ ਦੀ, ਅੱਲਾ ਮਾਫ ਕਰੇ। ਇਹ ਮੌਲਵੀ ਕੇ ਗੋਲ ਗੱਪੇ ਸ਼ਾਲਾਮਾਰ, ਠੀਕ ਹੈ, ਬੜੇ ਫੇਮਸ ਹੈ ਯਾਰ, ਮੇਰੀ ਅੱਖ ਵਿੱਚ ਕੁਛ ਚਲਾ ਗਿਆ ਹੈ ਨਾ, ਮੈਂ ਉਹ ਲਾਣ ਲੱਗਾ ਇੰਜ ਮਜ਼ੇਦਾਰ ਚਮਚ, ਉਹ ਚੜਕ ਕਰਕੇ ਚਟਣੀ ਪਈ ਮੇਰੇ ਅੱਖ ਦੇ ਵਿੱਚ। ਅੱਛਾ ਮਲਕ ਆ ਰਿਹਾ, ਮਲਕ ਵਾਸਤੇ ਮੈਂ ਸਾਰਾ ਕਹਾਂਗਾ, ਕਿਉਂਕਿ ਮਲਕ ਬਾਅਦ ਚੋਂ ਵਲੋਗ ਦੇਖ ਕੇ ਫਿਰ ਮੇਰੇ ਸਿਰੇ ਹੋ ਜਾਏਗਾ, ਤੁਹਾਨੂੰ ਪਤਾ, ਫਿਰ ਮਲਕ ਤੇ ਮਲਕ ਹੈ ਨਾ, ਉਹ ਮਲਕ ਨੂੰ ਮੌਤ ਹੀ ਹੋਏ ਨਾ, ਵੇਖ ਕਿੰਜ ਖਾਣ ਡਿਆ। ਅੱਲਾ ਮਾਫ ਕਰੇ, ਖਾਣ ਦੀ ਤਮੀਜ਼ ਨਹੀਂ ਆ ਤੈਨੂੰ?
ਬੰਦ ਕਰਨ। ਇਤਨੇ ਤੇਜਸਵੀ ਲੋਕ ਹੈ ਹਮਾਰੇ ਪਾਸ, ਕਿਤਨੇ ਸ਼ਾਨਦਾਰ। ਇਹ ਵਲੋਗ ਦਾ ਹਿੱਸਾ ਹੈ, ਹੋਰ ਲੋਕਾਂ ਨੇ ਵਲੋਗ ਪਲੈਨਿੰਗ ਨਹੀਂ ਵੇਖਣੀ। ਬੰਦ ਕਰ, ਡਰਾਮੇ ਬਾਜ਼ੀਆਂ ਲਾਈਆਂ ਨੇ। ਇਹ ਵਲੋਗ ਹੈ, ਐਕਟਿੰਗ ਕਰਨੀ ਜੀ ਵਿੱਚ, ਸਾਰਾ ਕੁਝ ਵਾਹੋ ਜੋ ਕਰਦੇ ਆ। ਲੈ ਯਾਰ ਜੀ, ਮਤਲਬ ਜੀ ਕੈਸੇ ਆ, ਕਬ ਆਏ ਹੋ ਆਪ? ਨਹੀਂ ਮਤਲਬ ਹੋ ਗਏ ਨਾ 5 ਕੁ ਸਾਲ ਹੈ ਦੁਨੀਆ ਤੇ ਨਹੀਂ ਪਾਏ ਨਾ। ਗੱਡੀ 'ਚ ਕਦੋਂ ਆਏ ਤੁਸੀਂ? ਇੱਧਰ ਵੀ ਤਕਰੀਬਨ 5 ਮਿੰਟ ਹੋ ਗਏ। ਪਤਾ ਵੀ ਨਹੀਂ ਲੱਗਣ ਦਿੱਤਾ ਤੁਸੀਂ? ਤੁਹਾਨੂੰ ਪਤਾ ਇਮਾਮ ਹੁਸੈਨ ਦਾ ਕਰਮ ਹੋਇਆ, ਸਬਸਕ੍ਰਾਈਬਰ ਆਪਣੇ 10,000 ਪਲੱਸ ਹੋ ਗਏ ਨੇ। ਮਾਸ਼ਾਅੱਲਾ, ਚਲੋ ਅੱਛੀ ਬਾਤ, ਮੌਲਾ ਦਾ ਕਰਮ ਮੁਬਾਰਕ ਨਹੀਂ ਦੇ ਸਕਦੇ ਭਾਰਾ। ਹਾਂਜੀ, ਤੇ ਐਡੇ ਸੜੇ ਸੜੇ ਕਿਉਂ ਪਾਏ ਨੇ? ਜਦੋਂ ਪੈਦਾ ਹੋਇਆ ਉਹਨੇ ਅੰਜ ਸਰ। ਅੱਛਾ ਜੀ, ਗਾੜੀ ਆਪਣੇ ਪਾਰਕ ਕਰ ਦੀ ਆ, ਕਿਤੇ ਕਰਦੀ ਗੱਡੀ ਫਰਮਾਏ। ਯੇ ਬਾਨੀ ਹੈ ਜੀ, ਨੌ ਸਫ਼ਰ ਕੇ। ਵੈਸੇ ਤੋ ਮੌਲਾ ਬਾਨੀ ਹੋਤੇ ਹੈ, ਲੇਕਿਨ ਇਸ ਮਜਲਿਸ ਕੇ ਯੇ ਬਾਨੀ ਹੈ। ਬਿਸਮਿਲ੍ਲਾ, ਯਾ ਅਲੀ ਮਦਦ ਜੀ, ਕੀ ਹਾਲ ਚਾਲ ਹੈ? ਠੀਕ ਹੋ? ਤਬੀਅਤ ਠੀਕ ਠੀਕ ਹੈ ਤੁਹਾਡੀ? ਬਿਸਮਿਲ੍ਲਾ, ਆਓ ਅਹਿਮਦ ਜੀ, ਗਾੜੀ ਲਗਵਾ। ਮਾਸ਼ਾਅੱਲਾ ਜਨਾਬ, ਜ਼ਾਕਰ ਮੁਨਜ਼ਰ ਮਹਿਦੀ ਭਾਈ ਆ ਗਏ, ਤੋ ਮੈਂਬਰ ਕੀ ਜ਼ਿੰਮਤ ਕਰਤੇ ਹੈ। ਘੋੜਾ ਆਮ ਘੋੜਾ ਨਹੀਂ, ਕਿਆ ਕਹੇ ਕਿ ਕਿਆ ਹੈ ਸੁਲਝਣਾ, ਸਖੀ ਹੁਸੈਨ ਕਾ ਕਿਆ ਕਹੇ ਕਿ ਕਿਆ ਹੈ ਸੁਲਝਣਾ, ਸਖੀ ਹੁਸੈਨ ਕਾ ਵਾ ਕਿਆ ਬਾਤ, ਸਖੀ ਹੁਸੈਨ ਕਾ ਅਸਲ ਕਿਲਾ ਸਵਾਲ ਕੀ ਖੁਦਾ ਏ ਬਖਮਾਲ ਕੀ ਬਹੁਤ ਬੜੀ ਅਤਾ ਹੈ ਸੁਲਝਣਾ। ਅਸਲ ਕਿਲਾ ਸਵਾਲ ਕੀ ਖੁਦਾ ਕਮਾਲ ਕੀ ਬਹੁਤ ਬੜੀ ਅਤਾ ਹੈ ਸੁਲਝਣਾ, ਸਖੀ ਹੁਸੈਨ ਕਾ ਕਿਆ ਕਹੇ ਕਿ ਕਿਆ ਹੈ ਸੁਲਝਣਾ, ਸਖੀ ਹੁਸੈਨ ਕਾ ਇਸੀ ਕੀ ਪਾ ਵਜੂਦ ਹੈ ਵੋ ਜਿਸ ਕੀ ਪਾਕ
ਸਾਥ ਪਰ ਸਲਾਤ ਹੈ ਦਰੂਦ ਹੈ ਨਬੀ ਕੇ ਦਿਲ ਕਾ ਚੈਨ ਹੈ ਜਹਾਂ ਜਹਾਂ ਹੁਸੈਨ ਹੈ ਵਹਾਂ ਵਹਾਂ ਖੜਾ ਹੈ ਇੱਕ ਵਾਰੀ ਸਿਰ ਤੇ ਹੱਥ ਮਾਰ ਗਿਆ ਕੋਹਾਇਆ ਬਾਹਰ ਰੋ ਲੱਗਿਆ ਦੀਏ ਮੈਂ ਲਓ ਜੀ ਹੁਣ ਸਾਡਾ ਦਿਨ ਬਣਿਆ ਲੰਗਰ ਕਰਨ ਦਾ, ਜ਼ਰਾ ਖਾ ਲਈਏ ਕੁਛ ਅਤੇ ਮਤਲਬ ਸਵੇਲੇ ਹੋ ਕੇ ਆ ਗਏ ਹਾਂ। ਜ਼ਾਕਿਰ ਮੁੰਤਜ਼ਰ ਮਹਿੰਦੀ ਸਾਹਿਬ ਦੇ ਭਾਈ ਲਿਸਾਨ ਹੈਦਰ ਭਾਈ। ਅੱਛਾ ਯਾਰ ਠੀਕ ਹੈ, ਹੁਣ ਮੇਰੇ ਕੋਲ ਹੋਰ ਵਲੋਗ ਬਣਦਾ, ਥੱਕ ਗਿਆ ਅੱਲਾ ਦੀ ਕਸਮ ਥੱਕ ਗਿਆ। ਠੀਕ ਹੈ, ਇੰਨਾ ਹੀ ਹੁੰਦਾ ਹੈ ਭਾਈ ਵਲੋਗਰਾਂ ਦੀ ਹਿੰਮਤ, ਐਡਾ ਲੰਬਾ ਵਲੋਗ ਬਣਾ ਲੈਂਦੇ ਨੇ। ਮੈਂ ਤਾਂ ਮਤਲਬ ਕਿ ਆਪ ਯਕੀਨ ਕਰ ਬਸ ਐਂਡ ਹੋ ਗਿਆ, ਅਤੇ ਅੱਲਾ ਅੱਲਾ ਖੈਰ ਸੱਲਾ, ਅੱਜ ਦਾ ਵਲੋਗ ਇੱਥੇ ਖਤਮ। ਮੌਲਾ ਸਲਾਮਤ ਰੱਖੋ, ਖੁਸ਼ ਰਹੋ, ਬਾਦ ਰਹੋ। ਮੇਰੇ ਤਾਂ ਲਫ਼ਜ਼ ਹੀ ਪੁੱਠੇ ਹੋ ਗਏ ਨੇ, ਅਤੇ ਇਹ ਚੂੜਾ ਪਤਾ ਨਹੀਂ ਕੀ ਬੋਲੀ ਜਾਣ ਡਿਆ, ਕੀ ਬਕਵਾਸ ਕਰੀ ਜਾ ਰਹੇ ਡੇਢ ਮਿੰਟ ਦਾ। ਤੇਰੇ ਨਾਲ ਘਰੋਂ ਤੁਰਿਆ ਹੋਇਆ ਮੈਂ ਵਲੋਗ ਬਣਾਉਂਦਾ, ਟਾਈਮ ਵੇਖੋ ਕੀ ਹੋ ਗਿਆ, ਕਿਹੜੇ ਵੇਲੇ ਦਾ ਮੈਂ ਤੁਰਿਆ। 1:12 ਹੋ ਗਏ ਨੇ, 1400 ਸਾਲ ਹੋ ਗਏ, ਐਂਡ ਹੋ ਗਿਆ ਯਾਰ। ਯਾਰ ਲਈ ਮਦਦ ਸਬਸਕ੍ਰਾਈਬ ਕਰ ਦੇਣਾ ਜੇ ਚੰਗਾ ਲੱਗਿਆ ਹੈ, ਅਤੇ ਮਿਹਰਬਾਨੀ ਯਾਰ, ਲਵ ਯੂ, ਵਾਚ ਟਾਈਮ ਪੂਰਾ ਕਰਾਉਣ ਦਾ ਸ਼ੁਕਰੀਆ। ਥੈਂਕ ਯੂ।